ਅੱਜ ਹੀ ਡਾਊਟਨਟ ਐਪ ਡਾਊਨਲੋਡ ਕਰੋ। ਡਾਊਟਨਟ 'ਤੇ ਹੋਣਗੇ ਤੁਹਾਡੇ ਸਾਰੇ 6ਵੀਂ ਤੋਂ 12ਵੀਂ ਕਲਾਸ ਦੇ ਮੈਥ, ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲੋਜੀ ਦੇ ਡਾਊਟਸ ਦਾ ਸਫਾਇਆ, ਉਹ ਵੀ ਪੰਜਾਬੀ ਵਿੱਚ। ਬਸ ਆਪਣੇ ਪ੍ਰਸ਼ਨ ਦੀ ਫੋਟੋ ਖਿੱਚੋ, ਉਸਨੂੰ ਕ੍ਰੋਪ ਕਰੋ ਅਤੇ ਤੁਰੰਤ ਵੀਡੀਓ ਸੋਲਿਊਸ਼ਨ ਪਾਓ। ਅਤੇ ਅਜਿਹੇ ਹੀ ਹੋਰ ਵੀਡੀਓ ਦੇਖਣ ਲਈ ਡਾਊਟਨਟ ਪੰਜਾਬੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। ਕੁਐਸਚਨ ਦੇ ਵਿੱਚ ਆਪਾਂ ਨੂੰ 3 ਰੈਜ਼ਿਸਟਰਸ ਦਿੱਤੇ ਹੋਏ ਨੇ, 1 ਓਹਮ, 2 ਓਹਮ ਐਂਡ 3 ਓਹਮ, ਜਿਹੜੇ ਕਿ ਕੰਬਾਈਂਡ ਨੇ ਸੀਰੀਜ਼ ਦੇ ਵਿੱਚ, ਤੇ ਕੰਬੀਨੇਸ਼ਨ ਹੈ ਜੋ ਕਨੈਕਟ ਕੀਤਾ ਹੋਇਆ ਹੈਗਾ ਬੈਟਰੀ ਦੇ ਨਾਲ, ਜਿਸ ਦੀ EMF ਹੈਗੀ ਆਪਣੇ ਕੋਲ 12 ਵੋਲਟ ਐਂਡ ਇੰਟਰਨਲ ਰੈਜ਼ਿਸਟੈਂਸ ਆਪਣੇ ਕੋਲ ਦਿੱਤੀ ਹੋਈ ਹੈ ਇਹਨਾਂ ਨੇ, ਉਹ ਨੈਗਲੀਜੀਬਲ ਹੈ। ਆਪਾਂ ਪੋਟੈਂਸ਼ੀਅਲ ਡਰੌਪ ਅਬਟੇਨ ਕਰਨਾ ਹਰ ਰੈਜ਼ਿਸਟਰਸ ਦੇ ਥਰੂ ਕਿੰਨਾ ਹੋ ਰਿਹਾ ਹੈਗਾ। ਹੁਣ ਪਹਿਲਾਂ ਆਪਾਂ ਦੇਖਦੇ ਆਪਣੇ ਕੋਲ ਗਿਵਨ ਕੀ ਹੈਗਾ। ਇਹ ਆਪਣੇ ਕੋਲ 3 ਰੈਜ਼ਿਸਟਰਸ ਨੇਗੇ, ਇਹਨੂੰ ਮੰਨਣੇ R1, R2 ਐਂਡ R3। ਇਹ ਤਿੰਨੋਂ ਕਨੈਕਟਿਡ ਨੇ ਸੀਰੀਜ਼ ਦੇ ਵਿੱਚ, ਇਹਦੇ ਥਰੂ ਪੋਟੈਂਸ਼ੀਅਲ ਡਰੌਪ V1, R2 ਥਰੂ V2 ਐਂਡ R3 ਥਰੂ V3 ਆਪਣੇ ਕੋਲ ਪੋਟੈਂਸ਼ੀਅਲ ਡਰੌਪ। ਆਪਾਂ ਮੰਨ ਲੈਂਦੇ ਆਪਣੇ ਕੋਲ ਕਰੰਟ ਹੈ ਜਿਹੜਾ I ਫਲੋ ਕਰ ਰਿਹਾ ਹੈਗਾ ਐਂਡ ਆਪਣੇ ਕੋਲ EMF 12 ਵੋਲਟ ਦਿੱਤੀ ਹੋਈ ਹੈ ਬੈਟਰੀ ਦੀ। R1 ਇਜ਼ ਇਕੁਅਲ ਟੂ 1 ਓਹਮ, R2 ਇਜ਼ ਇਕੁਅਲ ਟੂ 2 ਓਹਮ, R3 ਇਜ਼ ਇਕੁਅਲ ਟੂ 3 ਓਹਮ, ਇੰਟਰਨਲ ਰੈਜ਼ਿਸਟੈਂਸ ਆਪਣੇ ਕੋਲ ਕਿੰਨੀ ਹੈ 0, EMF 12 ਵੋਲਟ। ਹੁਣ ਆਪਾਂ ਟੋਟਲ ਕਰੰਟ ਪਹਿਲਾਂ ਫਾਈਂਡ ਆਊਟ ਕਰਦੇ ਆ ਆਪਣਾ ਸਰਕਟ ਦੇ ਵਿੱਚ ਕਿੰਨਾ ਫਲੋ ਕਰ ਰਿਹਾ ਹੈਗਾ। ਕਰੰਟ ਦਾ ਆਪਣੇ ਕੋਲ ਫਾਰਮੂਲਾ ਹੁੰਦਾ I ਇਜ਼ ਇਕੁਅਲ ਟੂ EMF ਅਪੋਨ ਟੋਟਲ ਰੈਜ਼ਿਸਟੈਂਸ ਪਲੱਸ ਇੰਟਰਨਲ ਰੈਜ਼ਿਸਟੈਂਸ। ਪਹਿਲਾਂ ਆਪਾਂ ਟੋਟਲ ਰੈਜ਼ਿਸਟੈਂਸ ਕੱਢਦੇ ਆ, ਆਪਣੇ ਕੋਲ ਤਿੰਨੋਂ ਸੀਰੀਜ਼ ਦੇ ਵਿੱਚ ਨੇ ਰੈਜ਼ਿਸਟੈਂਸ, ਤਾਂ ਆਪਣੇ ਕੋਲ ਟੋਟਲ ਰੈਜ਼ਿਸਟੈਂਸ ਕਿੰਨੀ ਹੋ ਜੂਗੀ R ਇਜ਼ ਇਕੁਅਲ ਟੂ R1 ਪਲੱਸ R2 ਪਲੱਸ R3। ਵੈਲਿਊ ਸਬਸਟੀਟਿਊਟ ਕਰ ਦਿੰਦੇ ਆ ਆਪਾਂ, 1 ਪਲੱਸ 2 ਪਲੱਸ 3, ਆਪਣੇ ਕੋਲ ਟੋਟਲ ਰੈਜ਼ਿਸਟੈਂਸ ਕਿੰਨੀ ਆ ਗਈ 6 ਓਹਮ। ਆਪਣੇ ਕੋਲ ਟੋਟਲ ਰੈਜ਼ਿਸਟੈਂਸ ਕਿੰਨੀ ਆ ਗਈ 6 ਓਹਮ। ਹੁਣ ਆਪਾਂ ਸਾਰੀ ਵੈਲਿਊਸ ਪੁੱਟ ਕਰ ਦਿੰਦੇ ਆਗੇ, I ਇਜ਼ ਇਕੁਅਲ ਟੂ EMF ਆਪਣੇ ਕੋਲ ਸੀ 12 ਵੋਲਟ, ਟੋਟਲ ਰੈਜ਼ਿਸਟੈਂਸ ਆਪਾਂ ਕੱਢੀਏ 6 ਐਂਡ ਇੰਟਰਨਲ ਰੈਜ਼ਿਸਟੈਂਸ ਸੀ ਆਪਣੇ ਕੋਲ 0। ਆਪਣੇ ਕੋਲ ਕਰੰਟ ਕਿੰਨਾ ਫਲੋ ਕਰ ਰਿਹਾ 2 ਐਂਪੀਅਰ। ਹੁਣ ਆਪਾਂ ਵੋਲਟੇਜ ਡਰੌਪ ਕੱਢਣੀ ਹੈ ਹਰ ਰੈਜ਼ਿਸਟਰ ਦੇ ਅਕ੍ਰੋਸ ਕਿੰਨੀ ਹੋ ਰਹੀ ਹੈ। ਪਹਿਲਾਂ ਆਪਾਂ ਫਸਟ R1 ਦੇ ਥਰੂ ਦੇਖਦੇ ਆਂਗੇ, ਵੋਲਟੇਜ ਡਰੌਪ V1 ਇਜ਼ ਇਕੁਅਲ ਟੂ ਆਪਣੇ ਕੋਲ ਫਾਰਮੂਲਾ ਕੀ ਹੁੰਦਾ I ਇੰਟੂ R1, VIR ਆਪਣੇ ਕੋਲ ਵੋਲਟੇਜ ਦਾ ਫਾਰਮੂਲਾ ਹੁੰਦਾ। ਤਾਂ ਆਪਾਂ ਫਸਟ ਰਜਿਸਟਰ ਦੇ ਲਈ ਕੱਢ ਲਿਆ, ਤਾਂ ਆਪਣੇ ਕੋਲ V1 ਇਜ਼ ਇਕੁਅਲ ਟੂ IR1। ਵੈਲਿਊਜ਼ ਆਪਾਂ ਸਬਸਟੀਟਿਊਟ ਕਰ ਦਿੰਦੇ ਆਗੇ, V1 ਇਜ਼ ਇਕੁਅਲ ਟੂ I ਆਪਣੇ ਕੋਲ 2 ਐਂਪੀਅਰ, R1 ਆਪਣੇ ਕੋਲ 1, ਇੱਥੋਂ ਆਪਣੇ ਕੋਲ ਵੋਲਟੇਜ ਕਿੰਨੀ ਆ ਗਈ 2 ਵੋਲਟ। ਸਿਮੀਲਰਲੀ ਆਪਾਂ ਅਗਲੇ ਦੋ ਰਜਿਸਟਰਸ ਦੇ ਲਈ ਵੋਲਟੇਜ ਡਰੌਪ ਕੱਢ ਲਾਂਗੇ, R2 ਇਜ਼ ਇਕੁਅਲ ਟੂ V2 ਇਜ਼ ਇਕੁਅਲ ਟੂ IR2। ਵੈਲਿਊ ਸਬਸਟੀਟਿਊਟ ਕਰ ਦਿੰਦੇ ਆ, 2 ਇੰਟੂ 2 ਵੋਲਟੇਜ ਕਿੰਨੀ ਆ ਗਈ ਅਕ੍ਰੋਸ R2 ਰਜਿਸਟਰ ਆਪਣੇ ਕੋਲ 4 ਵੋਲਟ। ਸਿਮੀਲਰਲੀ R3 ਰਜਿਸਟਰ ਦੇ ਲਈ ਵੋਲਟੇਜ V3 ਇਜ਼ ਇਕੁਅਲ ਟੂ IR3। ਵੈਲਿਊ ਸਬਸਟੀਟਿਊਟ ਕਰ ਦਿੰਦੇ ਆ, V3 ਇਜ਼ ਇਕੁਅਲ ਟੂ I ਆਪਣੇ ਕੋਲ 2 ਐਂਪੀਅਰ, R3 ਆਪਣੇ ਕੋਲ 3 ਓਹਮ। ਆਪਣੇ ਕੋਲ ਵੋਲਟੇਜ ਡਰੌਪ ਅਕ੍ਰੋਸ R3 ਰਜਿਸਟਰ ਆ ਗਈ 6 ਵੋਲਟ।